ਅੱਜ ਤੁਹਾਨੂੰ ਹਾਈਡਰੌਲਿਕ ਪੰਪ ਦੇ ਬਾਰੇ ਦੱਸਾਂਗੇ ਇਹਦੇ ਵਿੱਚ ਕਿਹੜੀਆਂ ਅਸੀਂ ਚੀਜ਼ਾਂ ਹੁੰਦੀਆਂ ਨੇ ਸ਼ਾਫਟ ਹੁੰਦੀ ਹੈ ਕੇਮ ਨਿਜ਼ਾਮ ਬਣਿਆ ਹੁੰਦਾ ਉਹਦੇ ਉੱਤੇ ਹੁੰਦਾ ਪਿੱਤਲ ਦਾ ਬੁਸ਼ ਬਣਿਆ ਹੁੰਦਾ ਉਹਦੀ ਚੈਂਬਰਾਂ ਨਾਲ ਫਿਟਿੰਗ ਹੋਈ ਹੁੰਦੀ ਹੈ ਚੈਂਬਰ ਦੇ ਵਿੱਚ ਰਿੰਗ ਹੁੰਦੇ ਨੇ ਔਰ ਇਹਨਾਂ ਦੇ ਵਿੱਚ ਵਾਲ ਹੁੰਦੇ ਨੇ ਵਾਲਾਂ ਦੇ ਜ਼ਰੀਏ ਇਹਨਾਂ ਦਾ ਪ੍ਰੈਸ਼ਰ ਬਣਦਾ ਜਿੱਦੋਂ ਕੇਮ ਹੁੰਦੀ ਹੈ ਕੇਮ ਦੇ ਨਾਲ ਹੀ ਪਿਸਟਨ ਪ੍ਰੈਸ਼ਰ ਬਣਾਉਂਦੇ ਨੇ ਤੇ ਇਹਨਾਂ ਦੀ ਜਿਹੜੀ ਅੱਜ ਤੁਹਾਨੂੰ ਕੰਟਰੋਲ ਵਾਲ ਦੇ ਬਾਰੇ ਦੱਸਾਂਗੇ ਇਹਦੇ ਕੀ ਫੰਕਸ਼ਨ ਨੇ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ ਇਹ ਕੰਟਰੋਲ ਵਾਲ ਦੇ ਕੰਮ ਨੇ ਹਾਈਡਰੌਲਿਕ ਨੂੰ ਕੰਟਰੋਲ ਕਰਨਾ ਖੰਡਰਾਲਕ ਨੂੰ ਕੰਟਰੋਲ ਕਰਨਾ ਹਾਲ ਨੂੰ ਕੰਟਰੋਲ ਕਰਨਾ ਚੁਕਣਾ ਸੁਟਣਾ ਸਾਰਾ ਇਹਦੇ ਸਿਰ ਤੇ ਆ ਇਹਦੇ ਹਾਈਡਰੌਲਿਕ ਦੇ ਫੰਕਸ਼ਨ ਸਾਰੇ ਮਤਲਬ ਇਹਨੇ ਕੰਟਰੋਲ ਕੀਤੇ ਨੇ ਹਾਈਡਰੌਲਿਕ ਸਾਰਾ ਇਹਦੇ ਸਿਰ ਤੇ ਆ ਇਹ ਕੰਟਰੋਲ ਵਾਲ ਜਿਹੜਾ ਹੈ ਇਹ ਜਦੋਂ ਆ ਪਾਲਸ ਛੋੜ ਜਾਂਦੀ ਏ ਛਰੀਆਂ ਪੈ ਜਾਂਦੀਆਂ ਡੋਰਾ ਉਦੋਂ ਇਹ ਫਸਣਾ ਸ਼ੁਰੂ ਹੋ ਜਾਂਦਾ ਤੇ ਗੈਟ ਬਹੁਤ ਭਾਰਾ ਹੋ ਜਾਂਦਾ ਤਾਂ ਠਾ ਠਾ ਬਹੁਤ ਹੁੰਦਾ ਇਹਦੀ ਵਈਆ ਤੋਂ ਗੈਡ ਦੀ ਵਈਆ ਤੋਂ ਕੰਟਰੋਲ ਵਾਲ ਥੱਲੇ ਨੂੰ ਫਸ ਜਾਂਦਾ ਤੇ ਕੋਈ ਨੁਕਸਾਨ ਨਹੀਂ ਜੇ ਉੱਤੇ ਫਸ ਜਾਂਦਾ ਤੇ ਓਵਰ ਕਰ ਜਾਂਦਾ ਓਵਰ ਕਰਨ ਤੋਂ ਬਾਅਦ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਜਿਹਦੀ ਵਈਆ ਤੋਂ ਇਹ ਅਸੀਂ ਵੇਖਦੇ ਨਹੀਂ ਆ ਤੇ ਅਸੀਂ ਤੋਨਾ ਤੁੰਦਦੇ ਹੀ ਦਾ ਤੇ ਇਹ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ ਟਾਪਾ ਪਾੜ ਦਿੰਦੇ ਰਾਮ ਸਿਲੰਡਰ ਪਾੜ ਦਿੰਦੇ ਨੇ ਅਸੀਂ